ਹੈਲੋ ਅਸਲਾਮੁਆਲੇਕਮ ਗਰੁੱਪ ਵਾਲੇ ਭਾਈਓ ਸੁਣਾਓ ਕੀ ਹਾਲ ਠੀਕ ਠਾਕ ਹੋ ਸਭ ਛੇਤਾਂ ਤੋਂ ਵੀ ਤਾਂ ਹਰੀਅਤ ਨੇ ਭਾਈ ਸੁਜਾਦ ਦੀ ਤੂੜੀ ਚੈੱਕ ਕਰੋ ਬਹੁਤ ਅੱਛੀ ਤੇ ਕੁਆਲਟੀ ਵਾਲੀ ਬੱਲਾ ਤੂੜੀ ਹੈ ਨਾ ਘੱਲੀ ਅੱਗੇ ਅਸੀਂ ਦੋ ਕਿੰਨਾ ਬੰਦਿਆਂ ਕੋਲੋਂ ਤੂੜੀ ਮੰਗਵਾਈ ਹੈ ਲੇਕਿਨ ਉਹਨਾਂ ਸਾਡਾ ਬੜੀ ਫਰਾਡ ਕੀਤੇ ਨੇ ਟਰਾਲੇ ਦੇ ਵਿੱਚ ਕਮ ਸੇ ਕਮ 80 ਤੋਂ 90 ਮਨ ਜਿਹੜੀ ਤੂੜੀ ਹੈ ਨਾ ਉਹਦਾ weight ਜ਼ਿਆਦਾ ਕਰ ਦਿੰਦੇ ਹਨ ਮਿੱਟੀ ਪਾ ਕੇ ਔਰ ਇਹਨਾਂ ਦੀ ਚੈੱਕ ਕਰੋ ਤੂੜੀ আলহামদুলিল্লাহ বড়ি ਜਿਵੇਂ গোল্ডਨ ਦੱਸਦੇ ਨੇ ਨਾ ਇਹ ਉਸ ਰਾਈ গোল্ডਨ ਤੋੜੀ ਇਹ ਚੈੱਕ ਕਰੋ ਕਿਸਨਾ ਸਾਫ ਹੈ ਕਿਸੇ ਚ ਮਿੱਟੀ ਦਾ ਕੋਈ ਕਿਸੇ ਕਿਸਮ ਦਾ ਨਹੀਂ ਬਿਲਕੁਲ ਸਾਫ ਸੁਥਰੀ ਟ੍ਰੈਸ਼ਰ ਦੀ ਤੋੜੀ ਹੈ ਤੇ ਜਿਸ ਭਰਾ ਨੇ ਵੀ ਲੈਣੀ ਹੈ ਨਾ ਇਸ ਬੰਦੇ ਕੋ ਨੂੰ ਸਾਡਾ ਕੋਈ ਰਿਸ਼ਤੇਦਾਰ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਸਲਾਮ ਦਵਾ ਫਸਟ ਟਾਈਮ ਉਹ ਤੋੜੀ ਮਗਾਈ ਹੈ ਔਰ ਇਹਦੇ ਨਾਲ ਦੀ ਤੋੜੀ ਤੁਹਾਨੂੰ ਕੋਈ ਬੰਦਾ ਨਹੀਂ ਦੇਣ ਲਗਾ ਤੇ ਫਾਰਮ ਵਾਲਿਆਂ ਪਰਮ ਵਾਲੀ ਹੈ ਯਾਰ ਦੇ ਕੇ ਤੁਸੀਂ ਅਗਰ ਫਾਇਦਾ ਲੈਣਾ ਤੇ ਇਸ ਬੰਦੇ ਤੇ ਯਕੀਨ ਕਰੋ ਇਸ ਬੰਦੇ ਦੀ ਤੂੜੀ ਵੇਖੋ ਉਹ ਜਿਹੜੀ ਗੱਲ ਕਰਦਾ ਉਹ ਦਿੱਤੀ ਪੂਰਾ ਉਤਰਦਾ ਸਾਡੇ ਪਹਿਲੇ ਟਰੈਲੇ ਆਏ ਹਨ ਉਹ 900 ਤੇ 5 ਮਨ ਬਣਿਆ ਸੀ ਐਨੀਆਂ ਇਕੱਠਾ ਇਹਨਾਂ ਦਾ ਟਰੈਲਾ ਆਇਆ 800 ਤੇ 32 ਮਨ ਬਣੀ ਹੈ ਇਹਦਾ ਮਤਲਬ ਹੈ ਕਿ ਜਿਹੜੀ ਉੱਤੇ 100 ਮਨ ਨੇ ਨਾ ਉਹ ਮਿੱਟੀ ਹੀ ਨਾ ਪਾਈ ਸੀ ਸਾਡੀ ਤੂੜੀ ਚ ਤੇ ਉਹ ਸਾਡੇ ਜਾਨਵਰਾਂ ਕੋਈ ਗਰੋਥ ਨਹੀਂ ਕੀਤੀ तो देखो माशा बहुत ही अच्छी तूड़ी है इस बंद यकीन करो तो फस्ट टाइम वहां मंगवाई जे तो सानू तो अलहमदुल्ला बहुत ही अच्छी तूड़ी दिखी है ओके जी अपना ख्याल रखियो